गुरुद्वारा श्री गुरु सिंह सभा इंडस्ट्रियल एरिया जालंधर में से श्री गुरु गोविंद सिंह जी महाराज के प्रकाश पर्व को समर्पित एक विशाल नगर कीर्तन निकाला गया यह नगर कीर्तन श्री गुरु ग्रंथ साहिब जी की छत्रछाया और पंच प्यारों की अगवाई में निकाला गया जिसमें बैंड पार्टियों गतका पार्टियों ने भाग लेकर अपनी कला के जौहर दिखाई यह नगर कीर्तन गुरुद्वारा साहिब से शुरू होकर अलग-अलग इलाकों से होता हुआ वापस श्री गुरुद्वारा साहिब में आकर संपन्न हुआ इस दौरान संगतों ने जगह-जगह स्वागती मंच व लंगर लगाकर और पुष्प वर्षा कर इस नगर कीर्तन का स्वागत किया इस मौके पर प्रधान हरभजन सिंह सैनी सहित असंख्य संगत भी मौजूद रही जालंधर से हलचल के लिए दविंदर की रिपोर्ट धन श्री गुरु ग्रंथ गोविंद सिंह महाराज जी तिना दे प्रकाश उत्सव के संबंध में आज गुरद्वारा श्री गुरु सिंह सभा इंडस्ट्रियल एरिया तो लो। एक विशाल नगर कीर्तन ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ ਪੰਜ ਪਿਆਰੇ ਦੀ ਅਗਵਾਈ ਵਿੱਚ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਜਗਾ ਜਗਾ ਦੇ ਉੱਤੇ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਸਤਕਾਰ ਵੱਜੋਂ ਉਨ੍ਹਾਂ ਦੀ ਵਰਖਾ ਕੀਤੀ ਗਈ ਲੰਗਰ ਲਗਾਏ ਗਏ ਬੀਬੀਆਂ ਵੱਲੋਂ ਝਾੜੂ ਦੀ ਸੇਵਾ ਕੀਤੀ ਗਈ ਮੈਂ ਜਿੱਥੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਹਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਵਾਹਿਗੁਰੂ ਸਮੂਹ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਇਹ ਜੋ ਸਾਲ ਵੀ ਅਗੋਂ ਚੜ੍ਹ ਨਵਾਂ ਚੜ੍ਹਨ ਜਾ ਰਿਹਾ ਹੈ ਉਸ ਵਿੱਚ ਸਮੂਹ ਪਰਿਵਾਰਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਅੱਜ ਬੜੀ ਭਾਗਾਂ ਵਾਲਾ ਦਿਨ ਹੈ ਇੰਡਸਟਰੀਆ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਵੰਸਦਾਨੀ ਦਸ਼ਮ ਪਿਤਾ ਗੁਰਗੁਇੰ ਸਿੰਘ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਅੱਜ ਨਗਰ ਕੀਰਤਨ ਨਿਕਲ ਰਿਹਾ ਵੈ ਮੈਂ ਸਾਰੀ ਸੰਗਤ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਔਰ ਮਹਾਰਾ ਕੇ ਦਾਸ ਕਰੂੰਗਾ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੇ ਮੰਗਲ ਹੋਵੇ ਉਹ ਸਾਡਾ ਸਮਾਜਿਕ ਭਾਈਚਾਰਾ ਇਸੇ ਤਰੀਕੇ ਨਾਲ ਮਜ਼ਬੂਤ ਰਹੇ ਐਸੀ ਮਹਾਰਾ ਜੀ ਮੈਂ ਪ੍ਰਾਰਥਨਾ ਕਰਦਾ ਹਾਂ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਸਾਰੀ ਸੰਗਤ ਜਾਤ ਪਾਤ ਮਜ਼ਬਬ ਨੂੰ ਪਰੇ ਕਰਕੇ ਜੋ ਗੁਰੂਆਂ ਦਾ ਸੰਦੇਸ਼ ਹੈ ਕਿ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਵੋ ਉਸ ਮਿਸ਼ਨ ਨੂੰ ਲੈ ਕੇ ਅੱਜ ਤੇ ਲੰਗਰ ਲੱਗੇ ਆ ਜਲਦੀ ਸ਼ਪੀਲ ਲੱਗੀ ਆ ਚਾਹ ਦੇ ਲੰਗਰ ਲੱਗੇ ਆ ਇਹ ਸਾਡੇ ਹਿੰਦੁਸਤਾਨ ਦਾ ਇਤਿਹਾਸ ਹੈ ਇਹ ਗੁਰੂਆਂ ਦਾ ਸੰਦੇਸ਼ ਹੈ ਜਿਹੜਾ ਕਿ ਸਾਡੇ ਜੰਦਰ ਸ਼ਾਹ ਦੇ ਵਿੱਚ ਦੇਖਣ ਨੂੰ ਮਿਲਿਆ ਵੈ ਮੈਂ ਪ੍ਰਬੰਧਕ ਕਮੇਟੀ ਨੂੰ ਜਿਨੇ ਵੀ ਵੀਰਾਂ ਲੰਗਰ ਲਾਏ ਆ ਸਾਰਿਆਂ ਨੂੰ ਬਹੁਤ ਹੀ ਵਧਾਈ ਦਊਗਾ ਔਰ ਮਾਰਗ ਕੇ ਦਾਸ ਕਰੂੰਗਾ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੇ ਕਿੜੇ ਹੋਣ ਅਸੀਂ ਸਾਰੇ ਰਲ ਕੇ ਇਦਾਂ ਖੁਸ਼ੀ ਮਨਾਈਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ